ਲੇਕਿਨ ਡਾਕਟਰ ਸਾਹਿਬ ਲੋਕ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਰੇਟ ਰੇਟ ਪੁੱਛਣਾ ਚਾਹੀਦਾ ਹੈ ਸਭ ਤੋਂ ਪਹਿਲੇ ਰੇਟ। ਇਹ ਦੱਸੋ ਠੇਕੇਦਾਰ ਸਾਹਿਬ, ਰੇਟ ਪੁੱਛਣਾ ਚਾਹੀਦਾ ਸਭ ਤੋਂ ਪਹਿਲੇ ਕਿ ਸਭ ਤੋਂ ਪਹਿਲੇ ਇਹ ਪੁੱਛੇ ਕਿ ਜਨਾਬ ਯੇ ਹਮਾਰਾ ਨਕਸ਼ਾ ਹੈ, ਮੈਂ ਨਕਸ਼ਾ ਭੇਜ ਰਹਾ ਹੂੰ, ਨਕਸ਼ੇ ਕੇ ਮੁਤਾਬਿਕ ਮੁਝੇ ਮੁਕੰਮਲ ਫਿਨਿਸ਼ ਕੀ ਟੋਟਲ ਕਾਸਟ ਬਤਾਓ, ਤਾਂ ਕਿ ਬਾਅਦ ਦੇ ਵਿੱਚ ਰੰਗੋਲੀ ਨਾ ਹੋਵੇ, ਚੱਕਰ ਨਾ ਹੋਵੇ, ਫਰਾਡ ਨਾ ਹੋਵੇ, ਧੋਖਾ ਨਾ ਹੋਵੇ। ਕਿਆ ਰੇਟ ਪੁੱਛਣਾ ਚਾਹੀਏ ਜਾਂ ਟੋਟਲ ਕਾਸਟ ਪੁੱਛਣੀ ਚਾਹੀਏ? ਟੋਟਲ ਕਾਸਟ ਪੁੱਛਣੀ ਚਾਹੀਏ। ਟੋਟਲ ਕਾਸਟ ਪੁੱਛਣ ਦਾ ਫਾਇਦਾ ਕੀ ਹੈ? ਉਹਦਾ ਫਾਇਦਾ ਇਹ ਹੈਗਾ ਕਿ ਜਿਹੜੇ ਦੂਸਰੇ ਘੱਟ ਰੇਟ ਦੇ ਰਹੇ ਨਾ, ਅਸੀਂ ਉਹਨਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੋਦੀਆਂ ਬਣਾਤੀਆਂ, ਜਿਹੜੇ ਛੋਟੇ ਛੋਟੇ ਡਾਊਨ ਬੀਮ ਕਰਦੇ ਉਹਨਾਂ ਦੀ ਪਮੈਸ਼ ਨਾਲ ਲੈ ਲੈਣੀ, ਪਰ ਬਾਉਂਡਰੀਆਂ ਦੀ ਪਮੈਸ਼ ਲੈ ਲੈਣੀ, ਉਹ ਇਸ ਕਰਕੇ ਉਹਨਾਂ ਦਾ ਰੇਟ ਥੋੜ੍ਹਾ ਹੁੰਦਾ। ਯਾਨੀ ਰੇਟ ਤੋਂ ਜ਼ਿਆਦਾ ਸਭਸੇ ਜ਼ਿਆਦਾ ਅਹਿਮ ਜੇ ਹੈ ਕਿ ਆਪਕੀ ਟੋਟਲ ਕਾਸਟ ਉਸ ਘਰ ਕੀ ਕਿਤਨੀ ਆ ਰਹੀ ਹੈ। ਸਭ ਤੋਂ ਅਹਿਮ ਤਾਂ ਇਹੀ ਹੈਗਾ ਨਾ ਕਿ ਕਿੰਨੇ ਦਾ ਬਣ ਰਿਹਾ ਤੁਹਾਡਾ ਘਰ। ਬਿਲਕੁਲ ਬਿਲਕੁਲ ਐਸੀ ਹੈ, ਇਹੀ ਗੱਲ ਅਹਿਮ ਹੈ ਕਿ ਕਿੰਨੇ ਦਾ ਬਣ ਰਿਹਾ। ਹਾਂਜੀ ਇਹੋ ਹੀ ਠੀਕ ਹੈ, ਬਜਾਏ ਇਸ ਦੇ ਕਿ ਬਾਅਦ ਦੇ ਵਿੱਚ ਰੰਗੋਲੀਆਂ ਵੋ ਕਹੇ ਯੇ ਤੋ ਮੁਝੇ ਪਤਾ ਨਹੀਂ ਥਾ, ਯੇ ਹਮਨੇ ਡਾਲਾ ਨਹੀਂ ਥਾ, ਯੇ ਹਮ ਡਾਲਤੇ ਨਹੀਂ ਹੈ, ਯੇ ਹਮ ਸ਼ਾਮਿਲ ਬਾਅਦ ਮੇ ਕਰਤੇ ਹੈ। ਹਾਂਜੀ ਠੀਕ ਹੈ, ਯੇ ਤੋ ਯੇ ਹਮਾਰਾ ਅਸੂਲ ਹੈ ਹਮਾਰੀ ਕੰਪਨੀ ਕਾ ਕਿ ਅਸੀਂ ਜਦੋਂ ਬਣਾ ਲੈਂਦੇ ਹਾਂ ਤੇ ਬਣਨ ਦੇ ਬਾਅਦ ਆਖਰੀ ਦਿਨ ਜਿਸ ਦਿਨ ਹੁੰਦਾ ਹੈ ਉਸ ਦਿਨ ਤੁਹਾਨੂੰ 3 ਲੱਖ ਰੁਪਏ ਦਾ ਟੀਕਾ ਉਸ ਦਿਨ ਲਾਉਣਾ ਹੁੰਦਾ ਹੈ। ਠੀਕ ਹੈ, ਸਾਡਾ ਅਸੂਲ ਹੈ ਕਿ 5 ਲੱਖ ਰੁਪਏ ਦਾ ਟੀਕਾ ਤੁਹਾਨੂੰ ਹੋਦੀ 'ਚ ਲਾਉਣਾ ਹੁੰਦਾ ਹੈ, 6 ਲੱਖ ਦਾ ਟੀਕਾ ਤੁਹਾਨੂੰ ਟੈਂਕ 'ਚ ਲਾਉਣਾ ਹੁੰਦਾ ਹੈ। ਹਾਂਜੀ ਠੀਕ ਹੈ, ਯਾਨੀ ਉਹ ਡਾਕਟਰਾਂ ਦੀ ਤਰ੍ਹਾਂ ਤੁਹਾਨੂੰ ਟੀਕੇ ਲਾਏ ਜਾਣਗੇ। ਬਿਲਕੁਲ ਸਰ, ਆਈ ਅਗਰ ਅਸੀਂ ਟੋਟਲ ਕਾਸਟ ਨਾ ਪੁੱਛੀ ਤੇ ਤੁਹਾਨੂੰ ਡਾਕਟਰਾਂ ਦੀ ਤਰ੍ਹਾਂ ਟੀਕੇ ਲਾਣਗੇ, ਟੀਕੇ ਲੱਗਣਗੇ, ਤੇ ਐਗਰੀਮੈਂਟ ਵੀ ਟੋਟਲ ਕਾਸਟ ਦਾ ਕਰਨਾ ਚਾਹੀਦਾ। ਹਾਂਜੀ ਟੋਟਲ ਕਾਸਟ ਦਾ ਕਰਨਾ ਚਾਹੀਦਾ, ਵਰਨਾ ਫਿਰ ਟੀਕੇ ਲੱਗਣਗੇ। ਬਿਲਕੁਲ, ਵਰਨਾ ਟੀਕੇ ਲੱਗਣਗੇ। ਉਹ ਕਹਿਣਗੇ ਯੇ ਟੀਕਾ ਕਿਸ ਚੀਜ਼ ਕਾ ਹੈ, ਉਹ ਕਹਿੰਗੇ ਯੇ ਟੀਕਾ ਬਾਉਂਡਰੀ ਵਾਲ ਕਾ ਹੈ। ਹਾਂਜੀ ਬਿਲਕੁਲ ਇਸ ਰਾਹੀਂ। ਫਿਰ ਕਦੀ ਕਹਿਣਗੇ ਯੇ ਟੀਕਾ ਕਿਸ ਚੀਜ਼ ਕਾ ਹੈ, ਹੋਦੀ ਕਾ ਟੀਕਾ ਹੈ ਜੀ, ਯੇ ਹੋਦੀ ਕਾ ਟੀਕਾ ਹੈ। ਫਿਰ ਪੁੱਛਾਂਗੇ ਯੇ ਟੀਕਾ ਕਿਸ ਚੀਜ਼ ਕਾ ਹੈ, ਕਹਿੰਦਾ ਜੀ ਟੈਂਕਰ ਟੈਂਕ ਦੇ ਵਿੱਚ ਪਰਦਾ ਲਾਇਆ ਇਹਦਾ ਟੀਕਾ। ਅੱਛਾ ਅੱਛਾ, ਫਿਰ ਪੁੱਛਾਂਗੇ ਹੈ ਇਹ ਕਿਹੜੀ ਚੀਜ਼ ਦਾ ਟੀਕਾ ਹੈ ਜ਼ਾਲਮੋ, ਉਹ ਕਹਿਣਗੇ ਪਰਦੀਆਂ ਦਾ ਟੀਕਾ ਹੈ। ਹਾਂਜੀ ਪਰਦੀਆਂ ਦਾ ਟੀਕਾ ਉਹ ਵੀ ਲਾ ਦੇਣਾ। ਠੀਕ ਹੈ, ਫਿਰ ਪੁੱਛਣਗੇ ਇਹ ਕਿਸ ਚੀਜ਼ ਦਾ ਟੀਕਾ ਹੈ, ਯਾਨੀ ਕੋਈ ਨਾ ਕੋਈ ਸ਼ਾਇਦ ਉਹ ਕਹਿਣਗੇ ਵੋ ਉਸ ਦਿਨ ਜੋ ਹਮਨੇ ਸਫਾਈ ਕਰਵਾਈ ਥੀ ਉਸ ਚੀਜ਼ ਕਾ ਟੀਕਾ ਹੈ। ਇਸ ਤਰ੍ਹਾਂ ਹੀ ਬਿਲਕੁਲ। ਫਿਰ ਪੁੱਛਣਗੇ ਇਹ ਕਿਸ ਚੀਜ਼ ਕਾ ਟੀਕਾ ਹੈ, ਵੋ ਕਹਿੰਗੇ ਜੋ ਭਾਬੀ ਆਈ ਥੀ ਉਹਨੇ ਕਿਹਾ ਥਾ ਕਿ ਯੇ ਸ਼ੈਲਫ ਥੋੜੀ ਸੀ ਬੜੀ ਕਰ ਦੋ ਤੋ ਉਸ ਚੀਜ਼ ਕਾ ਟੀਕਾ ਹੈ। ਇਸ ਚੀਜ਼ ਕਾ ਟੀਕਾ ਬਿਲਕੁਲ ਇਸ ਤਰ੍ਹਾਂ ਹੀ, ਯਾਨੀ ਟੀਕਾ ਸਵੇਰ ਦੁਪਹਿਰ ਸ਼ਾਮ ਤੁਹਾਨੂੰ ਲੱਗਦਾ ਰਹਿਣਾ। ਬਿਲਕੁਲ ਲੱਗਦਾ ਰਹਿਣਾ। ਅਗਰ ਆਪ ਟੀਕੋ ਸੇ ਬਚਣਾ ਚਾਹਤੇ ਹੈ ਤੋ ਟੋਟਲ ਕਾਸਟ, ਟੋਟਲ ਕਾਸਟ ਬਤਾਓ, ਟੋਟਲ ਕਾਸਟ ਪੁੱਛੇ, ਟੋਟਲ ਕਾਸਟ ਕਾ ਐਗਰੀਮੈਂਟ ਕਰੇ ਤਾਂ ਕਿ ਟੋਟਲ ਕਾਸਟ ਤੁਹਾਨੂੰ ਪਤਾ ਹੋਵੇ। ਇਹ ਨਾ ਹੋਵੇ ਕਿ 6 ਮਹੀਨੇ ਦੇ ਬਾਅਦ ਘਰ ਮੂੰਹ ਅੱਡ ਕੇ ਖੜਾ ਹੋਵੇ ਤੇ ਕਹਿੰਦਾ ਹੋਵੇ ਕਿ ਹੋਰ ਪੈਸੇ ਲਾ, ਹੋਰ ਪੈਸੇ ਲਾ, ਹੋਰ ਟੀਕੇ ਲਾ, ਤੇ ਤੁਹਾਡਾ ਤੁਹਾਡੀ ਤੁਹਾਡਾ ਸਾਹ ਹੀ ਮੁੱਕ ਜਾਏ ਟੀਕੇ ਲਵਾ ਲਵਾ ਕੇ।